ਏਟੀਐਮ ਮਸ਼ੀਨ ਤੋਂ ਪੈਸੇ ਕਢਾਉਣ ਆਈ ਕੁੜੀ ਨਾਲ ਮੁੰਡੇ ਵੱਲੋਂ ਲੁੱਟ ਦੀ ਵਾਰਦਾਤ। ਵਿੱਚ ਵੜ ਕੇ ਹੀ ਮੁੰਡੇ ਨੇ ਕੁੜੀ ਤੋਂ ਲੁੱਟੇ 8000 ਰੁਪਏ। ਸੀਸੀਟੀਵੀ ਕੈਮਰਿਆਂ 'ਚ ਕੈਦ ਹੋਈ ਤਸਵੀਰ। ਅੰਮ੍ਰਿਤਸਰ ਦੇ ਛੇਹਰਟਾਂ ਤੋਂ ਇੱਕ ਵੱਡੀ ਦਿਲ ਦਲਾਉਣ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦਿਨ ਦਿਹਾੜੇ ਇੱਕ ਕੁੜੀ ਨਾਲ ਲੁੱਟ ਦੀ ਵਾਰਦਾਤ ਹੋਈ। ਦੂਸਰਾ ਬਣਦਾ ਹੈ ਕਿ ਇਹ ਕੁੜੀ ਏਟੀਐਮ ਤੋਂ ਪੈਸੇ ਕਢਾਉਣ ਲਈ ਆਈ ਸੀ। ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਮੁੰਡਾ ਜੋ ਬਾਹਰ ਖੜ੍ਹਾ ਹੋਇਆ ਹੈ, ਇਹ ਕੁੜੀ ਦਾ ਕਾਫ਼ੀ ਦੇਰ ਤੋਂ ਪਿੱਛਾ ਕਰ ਰਿਹਾ ਸੀ, ਅਤੇ ਜਿਵੇਂ ਹੀ ਕੁੜੀ ਨੇ ਏਟੀਐਮ 'ਚ ਪੈਸੇ ਬਾਹਰ ਨਿਕਲੇ, ਅਤੇ ਇਹ ਨੌਜਵਾਨ ਏਟੀਐਮ ਦੇ ਅੰਦਰ ਵੜ ਜਾਂਦਾ ਹੈ ਅਤੇ ਧੱਕੇ ਨਾਲ ਕੁੜੀ ਤੋਂ ਪੈਸੇ ਖੋਹ ਕੇ ਫਰਾਰ ਹੋ ਜਾਂਦਾ ਹੈ। ਕੁੜੀ ਵੱਲੋਂ ਬਾਹਰ ਜਾ ਕੇ ਰੋਲਾ ਵੀ ਪਾਇਆ ਜਾਂਦਾ ਹੈ, ਪਰ ਨੌਜਵਾਨ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਲੁੱਟ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰਾ 'ਚ ਵੀ ਕੈਦ ਹੋ ਗਈ। ਤੁਸੀਂ ਵੇਖ ਸਕਦੇ ਹੋ ਕਿ ਨੌਜਵਾਨ ਵੱਲੋਂ ਬੇਖੌਫ ਹੋ ਕੇ ਦਿਨ ਦਿਹਾੜੇ ਇਹ ਵਾਰਦਾਤ ਕੀਤੀ ਜਾ ਰਹੀ ਹੈ। ਇਹ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚ ਕੇ ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਹੀ ਹੈ, ਇੱਕ ਲੇਡੀਜ਼ ਦੇ ਨਾਲ ਜਿਹੜੀ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਬਾਰੇ ਇਹ ਕਹਿਣਾ ਚਾਹੁੰਦਾ, ਸਵੇਰੇ ਦਾ ਸਮਾਂ ਸੀਗਾ ਵੀ ਲੜਕੀ ਜਿਹੜੀ ਆ ਇੱਥੋਂ ਨੇਹਾ ਵਰਮਾ ਹੈ, ਅਤੇ ਵੈਰੀਫਾਈ ਡਾਇਗਨੋਸ ਦੇ ਵਿੱਚ ਜੋ ਲੱਗੀ ਹੋਈ ਹੈ ਕੁੜੀ, ਅਤੇ ਉਹ ਆਪਣੀਆਂ BRTC ਦੀ ਜਿਹੜੀ ਗਰਿੱਲ ਜਿਹੜੀ ਪਾਰ ਕਰਕੇ ਅਤੇ ਇੱਧਰ ਸਾਹਮਣੇ ਆਪਣੇ ਪੈਸੇ ਕਢਾਉਣ ਵਾਸਤੇ ਆਈ ਸੀ, ਅਤੇ ਜਿਹੜਾ ਏਟੀਐਮ ਦੇ ਵਿੱਚੋਂ ਪੈਸੇ ਉਹਨੇ ਕਢਾਏ ਨੇ 8000 ਰੁਪਈਆ, ਅਤੇ ਉਹਦੇ ਕਿਤੇ ਪਿੱਛੇ ਹੀ ਇਹ ਮੁੰਡੇ ਕਿਤੇ ਲੱਗੇ ਸੀਗੇ, ਜਿਨ੍ਹਾਂ ਵਿੱਚੋਂ ਇੱਕ ਮੁੰਡਾ ਜਿਹੜਾ ਅੰਦਰ ਸਰਦਾਰ ਜਿਹਨੇ ਪੀਲੇ ਰੰਗ ਦਾ ਪਟਕਾ ਬੰਨਿਆ ਸੀਗਾ ਅਤੇ ਲੋਈ ਦੀ ਬੁੱਕਲ ਮਾਰੀ ਸੀ, ਅਤੇ ਇੱਕ ਬੰਦਾ ਉਹਦੇ ਦੱਸਣ ਮੁਤਾਬਕ ਲੜਕੀ ਦੇ ਵੀ ਇੱਕ ਬਾਹਰ ਸੀਗਾ। ਥੋੜ੍ਹਾ ਜਿਹਾ ਵੀ ਇੱਥੇ ਆਵਾਜਾਈ ਥੋੜ੍ਹੀ ਜਿਹੀ ਘੱਟ ਹੈ, ਕਿਉਂਕਿ ਸਲਿੱਪ ਰੋਡ ਦੇ ਉੱਤੇ ਆਪਣਾ ਬੈਂਕ ਹੈ SBI, ਅਤੇ ਉੱਥੋਂ ਜਦੋਂ ਉਹਨੇ ਪੈਸੇ ਕਢਾਏ ਆ ਅਤੇ ਉਹਨੇ ਅੰਦਰ ਵੜ ਕੇ ਇਕੱਲੀ ਹੁੰਦੀ ਵੇਖ ਕੇ ਅਤੇ ਉਹਨੇ ਪੈਸੇ ਉਹਦੇ ਕੋਲ ਖੋਲ੍ਹੇ ਆ। ਸਰ ਸਿਕਿਉਰਟੀ ਗਾਰਡ ਨਹੀਂ ਸੀ ਹੁੰਦਾ? ਸਿਕਿਉਰਟੀ ਗਾਰਡ ਹੈਗਾ ਸੀਗਾ, ਸਿਕਿਉਰਟੀ ਗਾਰਡ ਦੇ ਪੁੱਛਣ ਮੁਤਾਬਕ ਬਈ ਇਹ ਅੰਦਰ ਗਿਆ ਸੀ ਪਿਸ਼ਾਬ ਕਰਨ ਵਾਸਤੇ। ਬਾਕੀ ਉਹਦੀ ਫੋਟੋ ਆ ਗਈ ਹੈ, ਕਲੂ ਸਾਨੂੰ ਵੈਸੇ ਮਿਲ ਗਏ ਆ। ਇਹਨੂੰ ਇਹ ਵੀ ਜਲਦ ਤੋਂ ਜਲਦ ਇਹਨੂੰ ਗ੍ਰਿਫਤਾਰ ਕਰ ਲਿਆ ਜਾਏਗਾ, ਇਹਦੇ ਬਕਾਇਦਾ ਇਹਦੇ ਪੋਸਟਰ ਬਣਾ ਕੇ ਵੀ ਜਿਹੜੇ ਆ ਇਲਾਕੇ ਦੇ ਵਿੱਚ ਆਪਣਾ ਲਗਾਏ ਜਾਣਗੇ। ਸਰ ਬੈਂਕ ਵੱਲੋਂ ਕਿਹਾ ਗਿਆ ਪਹਿਲੇ ਵੀ ਇੱਥੇ ਘਟਨਾਵਾਂ ਮੋਟਰਸਾਈਕਲ ਚੁੱਕੇ ਗਏ ਨੇ ਦੋ ਤਿੰਨ? ਮੇਰੀ ਨਵੀਂ ਪੋਸਟਿੰਗ ਹੈਗੀ ਆ, ਮੈਂ ਮਤਲਬ ਮੈਨੂੰ ਇੱਥੇ ਮਹੀਨਾ ਹੀ ਹੋਇਆ ਜੇ, ਬਟ ਪਹਿਲੀਆਂ ਕੋਈ ਹੋਈਆਂ ਹੋਣਗੀਆਂ ਵਾਰਦਾਤਾਂ, ਉਹਨਾਂ ਬਾਰੇ ਮੈਂ ਨਹੀਂ ਤੁਹਾਨੂੰ ਦੱਸ ਸਕਦਾ। ਸਿਰਫ ਇਹੋ ਹੀ ਹੈ ਵੀ ਜਿਹੜੀ ਅੱਜ ਦੀ ਵਾਰਦਾਤ ਹੋਈ ਹੈ ਇਹ 100% ਹੈ ਵੀ ਇਹਨੂੰ ਅਸੀਂ ਟਰੇਸ ਕਰ ਲਵਾਂ। ਬਾਕੀ ਮੈਂ ਆਪਣੀਆਂ ਸਾਰੀਆਂ ਟੀਮਾਂ ਬਣਾ ਕੇ ਵੀ ਭੇਜੀਆਂ ਹੋਈਆਂ ਸੀਗੀਆਂ ਮੁੰਡਿਆਂ ਨੂੰ, ਵੀ ਮੁੰਡੇ ਦੀ ਆਪਣੀ ਜਿਹੜੀ ਫੋਟੋ ਵਿਖਾਈਏ ਇਲਾਕੇ ਦੇ ਵਿੱਚ ਕਿ ਕੋਈ ਇਸ ਬੰਦੇ ਨੂੰ ਜਾਣਦਾ ਪਛਾਣਦਾ ਹੋਵੇ। ਮੈਨੇਜਰ ਕੋ ਆਏ ਅੰਦਰ।